ਸਵਾਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ। ਉੱਥੇ ਹੀ ਸਾਹਿਬ ਸ੍ਰੀ ਗੁਰੂ ਸੁਖਮਣੀ ਸੇਵਾ ਸੁਸਾਇਟੀ ਗੁਰਦੁਆਰਾ ਹੈਗਾ ਰਾਜਪੁਰਾ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਉੱਥੋਂ ਅੱਜ ਵਿਸ਼ਾਲ ਨਗਰ ਕੀਰਤਨ ਜਿਹੜਾ ਆਰੰਭ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਇਸੇ ਸਥਾਨ 'ਤੇ ਨਗਰ ਕੀਰਤਨ ਜਿਹੜਾ ਸਮਾਪਤ ਹੋਵੇਗਾ ਔਰ ਸੰਗਤਾਂ ਜਿਹੜੀਆਂ ਨੇ ਅੱਤ ਦੀ ਗਰਮੀ ਦੇ ਵਿੱਚ ਵੀ ਇੱਥੇ ਨਤਮਸਤਕ ਹੋ ਰਹੀਆਂ ਨੇ ਔਰ ਪੰਜ ਪਿਆਰੇ ਇਹਨਾਂ ਦੀ ਅਗਵਾਈ ਕਰ ਰਹੇ ਨੇ ਔਰ ਗਤਕੇ ਪਾਰਟੀ ਦੇ ਜੋਹਰ ਜਿਹੜੇ ਨੌਜਵਾਨ ਨਿੰਗ ਸਿੰਘ ਜਥੇਬੰਦੀਆਂ ਉਹ ਵੀ ਦਿਖਾ ਰਹੀਆਂ ਨੇ। ਉਹ ਪ੍ਰਬੰਧਕ ਕਮੇਟੀ ਦੇ ਆਗੂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਜਿਹੜਾ ਵਿਸ਼ਾਲ ਨਗਰ ਕੀਰਤਨ ਹੈ ਅੱਜ ਜਿਹੜਾ ਆਰੰਭ ਕੀਤਾ ਜਾ ਰਿਹਾ ਹੈ ਵਿਸ਼ਾਲ ਨਗਰ ਕੀਰਤਨ, ਕਿਉਂਕਿ ਬੜੀ ਗਰਮੀ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਸੰਗਤਾਂ ਜਿਹੜੀਆਂ ਨਤਮਸਤਕ ਹੋ ਰਹੀਆਂ ਨੇ। ਇਹ ਬਹੁਤ ਵੱਡੀ ਗੱਲ ਹੈ। ਸੁਖਮਣੀ ਸੇਵਾ ਸੁਸਾਇਟੀ ਰਾਜਪੁਰੇ ਦੀ ਸਰਜ਼ਮੀਨ ਦੇ ਉੱਤੇ ਅੱਜ ਵੀ 84 ਨੂੰ ਯਾਦ ਕਰਕੇ 37ਵੀਂ ਜਿਹੜੀ ਵਰੀ ਗੰਢ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਕੇ ਜੇ 33 ਤਵੀ 'ਤੇ ਬੈਠ ਕੇ ਉਹ ਸ਼ਾਂਤੀ ਨਾਲ ਜੀ ਸਕਦੇ ਨੇ ਅਤੇ ਪੂਰੇ ਪੰਥ ਨੂੰ ਇਹ ਵਾਸਤਾ ਹੈ ਕਿ ਭਾਈ ਤੁਹਾਡੇ ਅੰਦਰ ਬਾਣੀ ਦੀ ਨਾਮ ਦੀ ਠੰਡਕ ਹੋਣੀ ਚਾਹੀਦੀ ਹੈ, ਫਿਰ ਤੁਹਾਨੂੰ ਕੋਈ ਗਰਮੀ ਨਹੀਂ ਸਤਾ ਸਕਦੀ। ਤੋ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਪੂਰੀ ਸੁਖਮਣੀ ਸੁਸਾਇਟੀ ਨਾਲ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਵੀ ਪੂਰਾ ਸਿਰ ਜੋੜ ਕੇ ਖੜ੍ਹਾ ਹੈ ਔਰ ਜੋ ਸੇਵਾਵਾਂ ਹਨ ਆਪਾਂ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਵੀ ਇਹ ਕਹਾਂਗੇ ਪੰਜਾਬ ਔਰ ਪੰਜਾਬੀਅਤ ਨੂੰ ਬਚਾਓ ਔਰ ਦੇਸ਼ ਨੂੰ ਅੱਗੇ ਲੈ ਕੇ ਜਾਓ। ਸੁਪ੍ਰਧਾਨ ਜੀ, ਅੱਜ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਕਿੱਥੋਂ ਕਿੱਥੋਂ ਜਿਹੜਾ ਹੁੰਦਾ ਹੋਇਆ ਜਿਹੜਾ ਕਿੱਥੇ ਸਮਾਪਤ ਹੋਵੇਗਾ? ਇਹ ਜੀ ਅੱਜ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਰਾਜਪੁਰਾ ਤੋਂ ਆਰੰਭ ਹੋਇਆ, ਡਾਲਮੀਆਂ ਵਿਹਾਰ ਹੁੰਦਾ ਹੋਇਆ ਪੰਚਰੰਗਾ ਚੌਂਕ ਜਾ ਕੇ ਅਤੇ ਸਿੰਘ ਸਭਾ ਤੋਂ ਵਾਪਸੀ ਜਾਪ ਸਾਹਿਬ ਗੁਰਦੁਆਰਾ ਅਤੇ ਉਪਰੰਤ ਮਹਿੰਦਰਗੰਜ ਹੁੰਦਾ ਹੈ, ਮੁੜ ਕੇ ਰਾਜ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਵਿਖੇ ਪਹੁੰਚੇਗਾ। ਸੋ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ, ਕਿਉਂਕਿ ਕਾਫੀ ਗਰਮੀ ਵੀ ਬੜੀ ਹੈ, ਸੰਗਤਾਂ ਵੀ ਜਿਹੜੀਆਂ ਕਾਫੀ ਨਤਮਸਤਕ ਹੋ ਰਹੀਆਂ ਨੇ, ਫਿਰ ਵੀ ਗਰਮੀ ਦੀ ਨਾ ਪਰਵਾਹ ਕਰਦੇ ਹੋਏ ਅੱਗੇ ਗਤਕੇ ਪਾਰਟੀ ਦੇ ਜ਼ੋਰ ਵੀ ਦਿਖਾਏ ਜਾ ਰਹੇ ਨੇ? ਹਾਂਜੀ, ਇਹ ਗੁਰਸਾਹਿਬ ਦੀ ਆਪ ਦੀ ਕਿਰਪਾ ਹੈ, ਇਹ ਸੰਗਤ ਦੀ ਕਿਰਪਾ ਹੈ ਜਿਹੜੀ ਇੱਕ ਇੰਨਾ ਇਕੱਠ ਹੋਇਆ, ਮੈਨੂੰ ਉਮੀਦ ਨਹੀਂ ਸੀ ਇੰਨਾ ਇਕੱਠ ਹੋਣ ਦੀ। ਸੋ ਹੋਰ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਜਿਹੜੀਆਂ ਨਾਲ ਚੱਲ ਰਹੀਆਂ ਨੇ? ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਸਾਰੀਆਂ ਇਹੀ ਜਥੇਬੰਦੀਆਂ, ਭਾਈ ਲਾਲੋ ਲੋਕ ਭਲਾਈ ਸੁਸਾਇਟੀ ਹੈ, ਸ੍ਰੀ ਸੁਖਮਣੀ ਸਾਹਿਬ ਸੁਸਾਇਟੀ ਹੈ ਜੀ, ਇੰਟਰਨੈਸ਼ਨਲ ਸੁਸਾਇਟੀ ਨਾਲ ਚੱਲ ਰਹੀ ਹੈ ਜੀ ਅਤੇ ਬਾਕੀ ਗੁਰਦੁਆਰਾ ਸਾਹਿਬ ਜਿੰਨੇ ਵੀ ਆ ਨਾਲ ਚੱਲ ਰਹੇ ਸੀ। ਸੋ ਅੱਜ ਜਿਹੜੀ ਸਮਾਪਤੀ ਤੋਂ ਬਾਅਦ ਫਿਰ ਅਗਲਾ ਕੀ ਪ੍ਰੋਗਰਾਮ ਲਿਖਿਆ ਗਿਆ, ਕਿਉਂਕਿ ਪਰਸੋਂ ਭੋਗ ਪੈਣੇ ਨੇ, ਕੀ ਕੁਛ ਅੱਗੇ ਲੱਗੀ ਜਾਣਕਾਰੀ? ਸ੍ਰੀ ਅਖੰਡ ਪਾਠ ਸਾਹਿਬ ਆਰੰਭ ਜੀ, ਪਰਸੋਂ ਆਰੰਭ ਤੋਂ ਬਾਅਦ ਸਮਾਪਤੀ ਤੋਂ ਬਾਅਦ ਕੀਰਤਨ ਦਰਬਾਰ ਹੋਏਗਾ, ਉਹਦੇ 'ਚ ਬਾਰਨ ਤੋਂ ਬਾਬਾ ਜੀ ਆਉਣਗੇ, ਬਾਬਾ ਮਨਮੋਹਨ ਸਿੰਘ ਜੀ, ਉਹ ਵੀ ਕੀਰਤਨ ਕਰਨਗੇ, ਕਥਾ ਕਰਨਗੇ, ਉਹਨਾਂ ਤੋਂ ਬਾਅਦ ਸਮਾਪਤੀ ਹੋ ਸੁਣ ਸਕਦੇ। ਅੱਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ, ਉੱਥੇ ਹੀ ਅੱਜ ਗੁਰਦੁਆਰਾ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਤੋਂ ਜਿਹੜਾ ਵਿਸ਼ਾਲ ਨਗਰ ਕੀਰਤਨ ਜਿਹੜਾ ਇੱਥੋਂ ਆਰੰਭ ਹੋ ਕੇ ਵੱਖ ਵੱਖ ਸ਼ਹਿਰਾਂ ਤੋਂ ਬਾਜ਼ਾਰਾਂ ਤੋਂ ਹੁੰਦਾ ਇਸੇ ਸਥਾਨ 'ਤੇ ਸਮਾਪਤ ਹੋਵੇਗਾ ਔਰ ਥਾਂ ਥਾਂ 'ਤੇ ਸੰਗਤਾਂ ਲਈ ਜਿਹੜਾ ਠੰਡੇ ਮਿੱਠੇ ਜਲ ਦੀ ਜਿਹੜੀ ਛਬੀਲ ਵੀ ਲਗਾਈ ਜਾ ਰਹੀ ਹੈ ਔਰ ਸੰਗਤਾਂ ਜਿਹੜੀਆਂ ਨੇ ਪੰਜ ਪਿਆਰਿਆਂ ਦੀ ਪੰਜ ਪਿਆਰੇ ਅਗਵਾਈ ਕਰ ਰਹੇ ਨੇ, ਉਸ ਦੇ ਅਗਲੇ ਪਾਸੇ ਹੀ ਜਿਹੜੇ ਛੋਟੇ ਛੋਟੇ ਬੱਚੇ ਵੀ ਨੇ ਉਹ ਝਾੜੂ ਲਾ ਕੇ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਹੋਏ ਫੁੱਲਾਂ ਦੀ ਵਰਖਾ ਕਰ ਰਹੇ ਨੇ। ਕੈਮਰਾ ਪਰਸਨ ਮੋਹਿਤ ਕੁਮਾਰ ਦੇ ਨਾਲ ਦਇਆ ਸਿੰਘ, ਰਾਜਪੁਰਾ।